ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਜੀ ਅਸੀਂ ਹੁਣ ਦੇਖਦੇ ਹਾਂ ਤਾਲ ਕਹਿਰਵਾ, ਇੱਕ ਬਹੁਤ ਹੀ ਆਸਾਨ ਇਸਦੇ ਬੋਲ ਹਨ, ਅਤੇ ਆਓ ਕਰੋ ਕਿਰਪਾ ਅਤੇ ਪਹਿਲੇ ਵਜਾ ਕੇ ਦੇਖਦੇ ਹਾਂ, ਫਿਰ ਇਸਦੇ ਬੋਲ ਦੇਖਾਂਗੇ ਹੌਲੀ ਹੌਲੀ। ਅਤੇ ਇਸਦੇ ਵੈਸੇ ਬੋਲ ਪਹਿਲੇ ਹੀ ਆਪਣੇ ਦੱਸ ਦਿੰਦਾ, ਦਿੰਨਾ ਤਿੰਨਾ ਤਿੰਨਾ ਦਿੰਨਾ, ਠੀਕ ਹੈ ਜੀ। ਆਓ ਜੀ ਕਰੋ ਕਿਰਪਾ। ਹੁਣ ਦੇਖਦੇ ਹਾਂ ਅਸੀਂ ਇਹਦੇ ਬੋਲ। ਹੁਣ ਪਹਿਲਾਂ ਅਸੀਂ ਵਜਾਉਣਾ ਹੈ ਤਿੰਨ ਨਾ, ਫਿਰ ਤਿੰਨ ਨਾ, ਫਿਰ ਤੀਸਰਾ ਤਿੰਨ ਨਾ, ਫਿਰ ਚੌਥਾ ਤਿੰਨ ਨਾ। ਅਤੇ ਹੁਣ ਇਸਨੂੰ ਦੇਖੋ ਆਪ ਫਿਰ ਇੱਕ ਵਾਰੀ। ਅੱਛਾ, ਇਹ ਸੀ ਬਹੁਤ ਹੀ ਆਸਾਨ ਤਰੀਕਾ ਇੱਕ ਕਹਿਰਵੇ ਦਾ, ਅਤੇ ਆਪ ਇਸਦੇ ਬੋਲ ਬਹੁਤ ਆਸਾਨੀ ਨਾਲ ਸਮਝ ਗਏ ਹੋਏਗੇ। ਦਿਨ ਨਾ ਪਹਿਲਾ, ਫਿਰ ਤਿੰਨ ਨਾ ਤੀਸਰਾ, ਤਿੰਨ ਨਾ ਫਿਰ ਦਿਨ ਨਾ, ਅਤੇ ਅੱਠ ਮਾਤਰਾ ਹੋ ਗਈਆਂ। ਤਾਂ ਇੱਥੇ ਟਟੋਲ ਦੀ ਸਮਾਪਤੀ ਹੁੰਦੀ ਹੈ ਜੀ। ਫਿਰ ਆਵਾਂਗੇ ਮਿਲਾਂਗੇ ਅਸੀਂ ਅਗਲੇ ਟਟੋਰੀਅਲ ਵਿੱਚ। ਸਤਿਗੁਰੂ ਮਿਹਰ ਕਰਨ, ਦਿਓ ਸੱਜਣਾ ਸੀਸੜੀਆਂ, ਜੀ ਹੋਵੇ ਸਾਹਿਬ ਸਿਉਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।